सब्सक्राइब करो चैदिकला टाइम टीवी नू ते लेटेस्ट अपडेट पाउन ले प्रेस करो बेल आइकन। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਸੈਸ਼ਨ ਅੱਜ ਕੱਲ੍ਹ ਬੜੇ ਛੋਟੇ ਹੁੰਦੇ ਨੇ, ਇਸ ਵਾਰ ਤਾਂ ਫਿਰ ਵੀ 8-9 ਦਿਨ ਦਾ ਸੈਸ਼ਨ ਹੈ, ਕੱਲ੍ਹ ਆਖਰੀ ਦਿਨ ਹੈ। ਵਿਧਾਨ ਸਭਾ ਦੇ ਵਿੱਚ ਜੋ ਕੁਛ ਸੱਤਾਧਾਰੀ ਧਿਰ ਨੇ ਕਰਨਾ ਹੁੰਦਾ, ਕੀ ਉਹ ਕਰ ਰਹੀ ਹੈ? ਵੈਸੇ ਦੱਸਦੀ ਹੈ, ਸੱਤਾਧਾਰੀ ਧਿਰ ਨੇ ਕਰਨਾ ਕੀ ਹੁੰਦਾ? ਸੱਤਾਧਾਰੀ ਧਿਰ ਨੇ ਜੋ ਕੀਤਾ ਹੁੰਦਾ ਆਪਣੇ ਰਾਜ ਦੌਰਾਨ ਉਹ ਦੱਸਣਾ ਹੁੰਦਾ, ਜੋ ਕਰ ਰਹੇ ਹੁੰਦੇ ਨੇ ਉਹ ਦੱਸਣਾ ਹੁੰਦਾ, ਜੋ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ 'ਚ ਕਰਨਾ ਹੁੰਦਾ ਉਹ ਦੱਸਣਾ ਹੁੰਦਾ। ਔਰ ਦੂਜੇ ਪਾਸੇ ਵਿਰੋਧੀ ਧਿਰ ਨੇ ਜੋ ਕੁਛ ਨਹੀਂ ਕੀਤਾ ਉਹ ਦੱਸਣਾ ਹੁੰਦਾ, ਜੋ ਕੁਝ ਗਲਤ ਕੀਤਾ ਉਹ ਤਾਂ ਉਂਗਲ ਧਰਨੀ ਹੁੰਦੀ ਹੈ, ਅਤੇ ਨਾਲ ਵਿਰੋਧੀ ਧਿਰ ਨੇ ਇਹ ਵੀ ਦੱਸਣਾ ਹੁੰਦਾ ਕਿ ਤੁਹਾਨੂੰ ਕਰਨਾ ਕੀ ਚਾਹੀਦਾ। ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਕੁਛ ਅਸੀਂ ਦੇਖਿਆ ਕਿ ਜਿੰਨਾ ਕੁਝ ਅੰਦਰ ਹੋ ਰਿਹਾ ਸੀ ਉਦੋਂ ਜ਼ਿਆਦਾ ਬਾਹਰ ਹੋ ਰਿਹਾ ਸੀ। ਪੰਜਾਬ ਸਰਕਾਰ ਨੇ ਜੋ ਕੀਤਾ ਉਹ ਤੁਹਾਡੇ ਸਾਹਮਣੇ ਹੈ। ਬਜਟ ਪੇਸ਼ ਕੀਤਾ, ਬਜਟ 'ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਕੈਪਟਨ ਸਾਹਿਬ ਨੇ ਉਹ ਗੱਲਾਂ ਕੀਤੀਆਂ ਜਿਨ੍ਹਾਂ 'ਚ ਸੱਚਾਈ ਲੱਭਣੀ ਪੈਂਦੀ ਹੈ, ਕਿੰਨੀ ਕੁ ਸੱਚਾਈ ਹੈ। ਦੂਜੇ ਪਾਸੇ ਅੱਜ ਜੋ ਕੈਪਟਨ ਸਾਹਿਬ ਨੇ ਕਿਹਾ, ਇਉਂ ਲੱਗਦਾ ਜਿਵੇਂ ਬਿਜਲੀ ਦੇ ਮਾਮਲੇ ਦੇ ਵਿੱਚ ਜਾਂ ਖਾਸ ਤੌਰ 'ਤੇ ਔਰਤਾਂ ਦੇ ਕਿਰਾਏ ਦੇ ਮਾਮਲੇ ਦੇ ਵਿੱਚ ਉਹ ਹੁਣ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਨਕਲ ਕਰਨਗੇ। ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਕੈਪਟਨ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਕੋਈ ਵੀ ਵਸਾਂ ਹੋਣ ਉਹਨਾਂ 'ਚ ਔਰਤਾਂ ਦਾ ਕਿਰਾਇਆ ਅੱਧਾ ਲੱਗੇਗਾ, ਅਤੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸਾਰਾ ਕਿਰਾਇਆ ਮਾਫ਼ ਕੀਤਾ ਹੁੰਦਾ। ਇਸੇ ਤਰੀਕੇ ਨਾਲ ਬਿਜਲੀ ਬਾਰੇ ਵੀ ਲੱਗ ਰਿਹਾ ਕੈਪਟਨ ਸਾਹਿਬ ਕੁਛ ਕਰਨਗੇ, ਵਾਈਟ ਪੇਪਰ ਲੈ ਕੇ ਆਉਣ ਦੀ ਗੱਲ ਕਰ ਰਹੇ ਨੇ। ਪਰ ਦੂਜੇ ਪਾਸੇ ਜਿਹੜੀ ਗੱਲ ਮੈਂ ਕਰ ਲਾਂ ਕਿ ਵਿਰੋਧੀ ਧਿਰ ਨੇ ਜੋ ਕਰਨਾ ਹੁੰਦਾ ਕੀ ਉਹ ਠੀਕ ਕੀਤਾ? ਦਿਨਕਰ ਗੁਪਤਾ ਦੇ ਨਾਮ 'ਤੇ ਅਤੇ ਉਦੋਂ ਬਾਅਦ ਆਸ਼ੂ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ 2 ਦਿਨ ਲਗਾਤਾਰ ਕਾਰਵਾਈ ਠੱਪ ਰੱਖੀ, ਰੌਲਾ ਪੈਂਦਾ ਰਿਹਾ। ਕੀ ਇਹ ਐਡੇ ਵੱਡੇ ਇਸ਼ੂ ਸੀ? ਇਹ ਵੀ ਦੇਖਣ ਵਾਲੀ ਗੱਲ ਹੈ। ਕਿਤੇ ਵਿਰੋਧੀ ਧਿਰ ਸੱਤਾਧਾਰੀ ਧਿਰ ਦੀ ਚਾਲ 'ਚ ਤਾਂ ਨਹੀਂ ਫਸ ਗਈ? ਇੱਕ ਦਿਨ ਕੈਪਟਨ ਸਾਹਿਬ ਵੀ ਨਹੀਂ ਆਏ, ਉਸ ਦਿਨ ਰੌਲਾ ਪਾਉਂਦੇ ਰਹੇ ਕੈਪਟਨ ਸਾਹਿਬ ਬੋਲਣ। ਇਹ ਵੀ ਦੇਖਣਾ ਪਏਗਾ ਕਿ ਵਿਰੋਧੀ ਧਿਰ ਕਦੇ ਲੋਲੀਪੋਪ ਲੈ ਕੇ ਆਉਂਦੀ ਹੈ, ਕਦੇ SC ਸਕਾਲਰਸ਼ਿਪ ਦੇ ਨਾਂ 'ਤੇ ਰੌਲਾ ਪੈਂਦਾ, ਕਦੇ ਗਲਾਂ 'ਚ ਲਾਟੂ ਲੈ ਕੇ ਆਉਂਦੇ ਨੇ। ਮਤਲਬ ਅਲੱਗ ਅਲੱਗ ਤਰ੍ਹਾਂ ਦੇ ਡਰਾਮੇ ਜਿਹੜੇ ਵਿਰੋਧੀ ਧਿਰ ਕਰਦੀ ਹੈ, ਅੰਦਰ ਵੀ ਅਤੇ ਬਾਹਰ ਵੀ। ਵਾਕਆਊਟ ਜਿਹੜਾ ਕਰਨ ਦੀ ਵੀ ਹੁਣ ਪ੍ਰਥਾ ਬਹੁਤ ਵੱਧ ਗਈ। ਕਿ ਇਹ ਸਾਰੀਆਂ ਗੱਲਾਂ ਸਾਡੇ ਜਿਹੜੇ ਇਸ ਤਰ੍ਹਾਂ ਦੇ ਲੋਕਤੰਤਰ ਵਿੱਚ ਸਹੀ ਨੇ, ਜਾਂ ਕਿ ਇਹ ਵੀ ਲੋਕਾਂ ਨੂੰ ਸਿਰਫ ਸੁਰੱਖਿਆ ਬਟੋਰਨ ਲਈ, ਲੋਕਾਂ ਨੂੰ ਇਹ ਦਰਸਾਉਣ ਲਈ ਕਿ ਅਸੀਂ ਬਹੁਤ ਨੱਠ ਭੱਜ ਕਰ ਰਹੇ ਹਾਂ? ਇਹ ਤਾਂ ਨਹੀਂ ਹੈ ਕਿਤੇ ਗੱਲ। ਕਿਹੜੀ ਧਿਰ, ਸੱਤਾਧਾਰੀ ਧਿਰ ਜਾਂ ਵਿਰੋਧੀ ਪਾਰਟੀਆਂ, ਇਹਨਾਂ 'ਚੋਂ ਕਿਹੜੀ ਧਿਰ ਸਹੀ ਭੂਮਿਕਾ ਨਿਭਾ ਰਹੀ ਹੈ? ਇਹ 'ਤੇ ਅਸੀਂ ਗੱਲ ਕਰਨੀ ਹੈ। ਗੱਲ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਭੀਮਿੰਦਰ ਆਏ ਨੇ, ਲੇਖਕ ਨੇ, ਚਿੰਤਕ ਨੇ, ਪੰਜਾਬੀ ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਨੇ। ਨਾਲ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਸਾਬਕਾ ਰਜਿਸਟਰਾਰ ਡਾਕਟਰ ਕਰਮਜੀਤ ਸਿੰਘ ਸਿੱਧੂ ਸਾਹਿਬ ਨੇ। ਤੁਹਾਡਾ ਸਵਾਗਤ ਸੀ। ਸ਼ੁਕਰੀਆ ਵਾਲੀਆ ਸਾਹਿਬ। ਡਾਕਟਰ ਭੀਮਿੰਦਰ ਜੀ, ਕੀ ਲੱਗਦਾ ਹੈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਇਹਦੇ 'ਚ ਸੱਤਾਧਾਰੀ ਧਿਰ ਅਤੇ ਵਿਰੋਧੀ ਦੋਨੇ ਧਿਰਾਂ ਨੂੰ ਕਿਵੇਂ ਦੇਖਦੇ ਹੋ, ਉਹਨਾਂ ਦੀ ਭੂਮਿਕਾ ਨਾਲ? ਵਾਲੀਆ ਸਾਹਿਬ, ਜਿਹੜਾ ਇਹ ਸੈਸ਼ਨ ਹੁੰਦਾ ਹਰ ਸਾਲ ਹੁੰਦਾ, ਇਹ ਜਿਹਨੂੰ ਬਜਟ ਸੈਸ਼ਨ ਕਿਹਾ ਜਾਂਦਾ, ਔਰ ਇਹਦੇ ਵਿੱਚ ਬਕਾਇਦਾ ਤੌਰ 'ਤੇ ਬਜਟ ਪਾਸ ਹੁੰਦਾ,
ਔਰ ਬਜਟ ਦੇ ਉੱਤੇ ਵਿਰੋਧੀ ਧਿਰ ਅਤੇ ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਉਹ ਦੋਨਾਂ ਦੇ ਵਿੱਚ ਬਹਿਸ ਹੁੰਦੀ ਹੈ ਔਰ ਜਿਹੜੇ ਉਸ ਸਟੇਟ ਦੇ ਜਾਂ ਸੈਂਟਰ ਦੇ ਜਿੱਥੇ ਵੀ ਉਹ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਹੁੰਦੀ ਹੈ ਤਾਂ ਉਹ ਮੁੱਦੇ ਜਿਹੜੇ ਨੇ ਵਿਚਾਰੇ ਜਾਂਦੇ ਨੇ। ਸਾਡੇ ਜਿਹੜੇ ਪੰਜਾਬ ਦੀ ਜਿਵੇਂ ਤੁਸੀਂ ਇਸ਼ਾਰਾ ਕੀਤਾ ਹੈ ਕੈਪਟਨ ਸਰਕਾਰ ਵੱਲ, ਉਹਦੀ ਬਦਕਿਸਮਤ ਇਹ ਹੈ ਕਿ ਲਗਭਗ 2.5 ਲੱਖ ਕਰੋੜ ਰੁਪਈਆ ਪੰਜਾਬ ਦੇ ਉੱਤੇ ਕਰਜ਼ਾ ਹੈ ਔਰ ਇਹ ਕਰਜ਼ਾ ਲਗਾਤਾਰ ਵੱਧ ਰਿਹਾ। ਜਿਹੜੀ ਦੇਖਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਨਾਲੋਂ ਹਰ ਸਾਲ ਇਹ ਕਰਜ਼ੇ ਦੀ ਪੰਡ ਲਗਾਤਾਰ ਵੱਧ ਰਹੀ ਹੈ ਔਰ ਇਹ ਕਰਜ਼ਾ ਕਿਵੇਂ ਉਤਰੇਗਾ, ਇਹ ਕਰਜ਼ੇ ਦੇ ਵਿੱਚੋਂ ਪੰਜਾਬ ਨੂੰ ਕਿਵੇਂ ਨਿਕਲਣਾ ਚਾਹੀਦਾ ਜਾਂ ਖਜ਼ਾਨਾ ਜਿਹੜਾ ਖਾਲੀ ਲਗਾਤਾਰ 3 ਸਾਲ ਜਿਹੜੇ ਨੇ ਸਾਡੇ ਵਿੱਤ ਮੰਤਰੀ ਸਾਹਿਬ ਇਹ ਅਲਾਪਦੇ ਰਹੇ ਨੇ ਕਿ ਸਾਡਾ ਤਾਂ ਖਜ਼ਾਨਾ ਹੀ ਖਾਲੀ ਹੈ, ਸਾਡੇ ਕੋਲ ਕੁਛ ਨਹੀਂ ਹੈ ਪੰਜਾਬ ਨੂੰ ਦੇਣ ਲਈ, ਉਹ ਲਗਾਤਾਰ ਅਸੀਂ ਸੁਣਦੇ ਰਹੇ ਹਾਂ। ਹੁਣ ਸਵਾਲ ਪੈਦਾ ਹੁੰਦਾ ਕਿ ਇਹਦੇ ਇਸ ਸੈਸ਼ਨ ਦੇ ਵਿੱਚ ਉਹ ਜਿਹੜਾ ਖਜ਼ਾਨਾ ਖਾਲੀ ਹੋਇਆ ਉਹਨੂੰ ਉਹ ਸੰਕਟ ਦੇ ਵਿੱਚੋਂ ਕੱਢਣ ਲਈ ਦੋਵੇਂ ਧਿਰਾਂ ਨੂੰ ਜਾਂ ਵੱਖ ਵੱਖ ਪਾਰਟੀਆਂ ਨੂੰ ਜਿੱਥੇ ਤਾਂ ਬੈਠ ਕੇ ਉੱਥੇ ਗੱਲ ਕਰਨੀ ਬਣਦੀ ਸੀਗੀ, ਉੱਥੇ ਉਹਨਾਂ ਦੇ ਸੁਝਾਅ ਲੈਣੇ ਚਾਹੀਦੇ ਸੀਗੇ ਕਿ ਸਾਡੇ ਕੋਲ ਜਿਹੜਾ ਪੈਸਾ ਹੈ ਉਹ ਆਏਗਾ ਕਿੱਥੋਂ, ਆਮਦਨ ਕਿੱਥੋਂ ਆਉਣੀ ਹੈ ਔਰ ਖਰਚ ਜਿਹੜਾ ਹੈ ਕਿ ਖਰਚ ਤਾਂ ਉਹਨਾਂ ਦੱਸਤਾ ਕਿ ਫਲਾਣੀ ਫਲਾਣੀ ਅਸੀਂ ਕਰਾਂਗੇ, ਪਰ ਜਿਹੜੀ ਆਮਦਨ ਆਉਣੀ ਹੁੰਦੀ ਹੈ ਜਦੋਂ ਅਸੀਂ ਘਰ ਦਾ ਵੀ ਕੋਈ ਖਰਚ ਜਿਹੜਾ ਹੈਗਾ ਖਰਚਾ ਚਲਾਉਂਦੇ ਹਾਂ ਤਾਂ ਆਮਦਨ ਦੇਖ ਕੇ ਹੀ ਸਾਨੂੰ ਖਰਚ ਕਰਨਾ ਪੈਂਦਾ ਹੈ। ਸੋ ਇਸ ਬਜਟ ਦੇ ਵਿੱਚ ਜਿਹੜੀ ਕਿ ਮੈਨੂੰ ਲੱਗਦਾ ਕਿ ਜਿਹਦੇ ਉੱਤੇ ਬਹੁਤ ਜ਼ਿਆਦਾ ਬਹਿਸ ਹੋਣੀ ਚਾਹੀਦੀ ਸੀਗੀ, ਬਹੁਤ ਲੋੜ ਹੈ ਉਸ ਬਹਿਸ ਦੀ, ਉਹ ਹੈ ਕਿ ਆਮਦਨ ਤੁਹਾਨੂੰ ਕਿੱਥੇ ਆ, ਤੁਹਾਡੇ ਰਿਸੋਰਸਿਸ ਕਿਵੇਂ ਪੈਦਾ ਹੋਣ, ਰਿਸੋਰਸਿਸ ਤੁਹਾਨੂੰ ਖੇਤੀਬਾੜੀ ਤੋਂ ਪੈਦਾ ਹੋ ਸਕਦੇ ਨੇ, ਰਿਸੋਰਸਿਸ ਤੁਹਾਨੂੰ ਇੰਡਸਟਰੀ ਤੋਂ ਪੈਦਾ ਹੋ ਸਕਦੇ ਨੇ, ਰਿਸੋਰਸਿਸ ਤੁਹਾਨੂੰ ਸਰਵਿਸ ਸੈਕਟਰ ਤੋਂ ਪੈਦਾ ਹੋ ਸਕਦੇ ਨੇ ਜਿਹਨੇ ਤੁਹਾਡੇ ਸੂਬੇ ਦੀ GDP ਨਿਰਧਾਰਿਤ ਕਰਨੀ ਹੈ। ਇਹ ਤਿੰਨੋਂ ਸੈਕਟਰਾਂ ਦੇ ਉੱਤੇ ਗੱਲ ਨਹੀਂ ਹੋਈ, ਸਾਡੀ ਇਸ ਵੇਲੇ ਖੇਤੀ ਸੰਕਟ ਦੇ ਵਿੱਚ ਹੈ, ਸਾਡੀ ਇੰਡਸਟਰੀ ਬਾਹਰ ਜਾ ਰਹੀ ਹੈ, ਸਾਡਾ ਜਿਹੜਾ ਸੇਵਾ ਸੈਕਟਰ ਹੈ ਸਰਵਿਸ ਸੈਕਟਰ ਹੈ ਉਹ ਬੇਰੁਜ਼ਗਾਰ ਹੋ ਰਿਹਾ ਲਗਾਤਾਰ ਸਾਡਾ ਨੌਜਵਾਨ, ਜੇ ਨੌਜਵਾਨਾਂ ਨੂੰ ਨੌਕਰੀ ਵੀ ਮਿਲਦੀ ਹੈ ਉਹ ਵੀ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ 10-10 ਹਜ਼ਾਰ ਅਤੇ 12-12 ਹਜ਼ਾਰ ਰੁਪਏ 'ਤੇ ਸਾਡੇ ਨੌਜਵਾਨਾਂ ਨੂੰ ਰੱਖ ਰਹੀਆਂ ਨੇ। ਸੋ ਇਹ ਤਿੰਨੇ ਸੈਕਟਰਾਂ ਦੇ ਆ ਜਿਹੜਾ ਜਦੋਂ ਵੱਡਾ ਸੰਕਟ ਅਸੀਂ ਦੇਖ ਰਹੇ ਹਾਂ ਪਿਛਲੇ 3-4 ਸਾਲਾਂ ਤੋਂ, ਤਾਂ ਇਹਨਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਇੱਕ ਬਕਾਇਦਾ ਤੌਰ 'ਤੇ ਬਹਿਸ ਦੀ ਲੋੜ ਸੀ ਜਿਹੜੀ ਕਿ ਨਹੀਂ ਹੋਈ। ਇਹ ਤਾਂ ਜਿਵੇਂ ਤੁਸੀਂ ਕਿਹਾ ਕਿ ਕੈਪਟਨ ਸਾਹਿਬ ਨੇ ਇੱਕ ਜਾਲ ਬੁਣਿਆ ਜਿਹਦੇ ਵਿੱਚ ਦੋ ਜਿਹੜੇ ਨੇ ਬੁਨਿਆਦੀ ਮੁੱਦੇ ਜਿਹੜੇ ਸੀਗੇ ਉਹਨਾਂ ਨੇ ਉਸ ਵੇਲੇ ਲਾਗੂ ਕੀਤੇ ਔਰ ਉਹਨਾਂ ਮੁੱਦਿਆਂ ਦੇ ਵਿੱਚ ਘਿਰ ਕੇ ਰਹਿ ਗਈ ਜਿਹੜੀ ਵਿਰੋਧੀ ਧਿਰਾਂ ਦੀ, ਮਤਲਬ ਵਿਰੋਧੀ ਧਿਰ ਉਹਨਾਂ ਦੇ ਜਾਲ 'ਚ ਫਸੀ ਗਈ। ਹਰ ਜਦੋਂ ਕਿ ਇਹ ਇਹ ਇਮਾਨਦਾਰੀ ਹੋਣੀ ਚਾਹੀਦੀ ਸੀਗੀ ਸਾਡੀ ਜਿਹੜੀ ਸੱਤਾਧਾਰੀ ਲੋਕਾਂ ਦੀ ਕਿ ਅਸੀਂ ਇਸ ਵੇਲੇ ਜੋ ਪੰਜਾਬ ਵੱਡੇ ਸੰਕਟ 'ਚ ਘਿਰ ਰਿਹਾ ਹੈ ਤਾਂ ਉਹਨੂੰ ਕਿਵੇਂ ਕੱਢਣਾ ਹੈ, ਉਹ ਨਹੀਂ ਹੋਇਆ। ਮਹਿੰਦਰ, ਤੁਸੀਂ ਜਿਹੜਾ ਪਹਿਲਾ ਮੁੱਦਾ ਲਿਆ ਆਪਾਂ ਉੱਥੇ ਗੱਲ ਕਰੀਏ, ਦੁਬਾਰਾ ਮੈਂ ਤੁਹਾਡੇ ਕੋਲ ਫੇਰ ਆਉਂਦਾ। ਸਿੱਧੂ ਸਾਹਿਬ, ਡਾਕਟਰ ਭੀਮਿੰਦਰ ਦਾ ਇਹ ਕਹਿਣਾ ਕਿ ਬਜਟ ਦੇ ਵਿੱਚ ਉਹਨਾਂ ਨੇ ਇੱਕ ਜਾਲ ਜਿਹਾ ਬੁਣ ਲਿਆ ਅਤੇ ਜਿਹਦੇ 'ਚ ਬਹਿਸ ਹੋਣੀ ਚਾਹੀਦੀ ਸੀ ਉਹ ਗੰਭੀਰ ਬਹਿਸ ਨਹੀਂ ਹੋਈ, ਕੀ ਕਹੋਗੇ ਤੁਸੀਂ? ਮਨੀਆ ਸਾਹਿਬ, ਮੇਰਾ ਖਿਆਲ ਹੈ ਵੀ ਜਿਹੜੀ ਗੱਲ ਡਾਕਟਰ ਭੀਮਿੰਦਰ ਨੇ ਕਹੀ ਹੈ ਉਹ ਗੱਲ ਸਹੀ ਹੈ। ਐਕਚੁਅਲੀ ਕੀ ਹੈ, ਜਦੋਂ ਅਸੀਂ ਬਜਟ ਸੈਸ਼ਨ ਦੀ ਗੱਲ ਕਰਦੇ ਹਾਂ, ਜਦੋਂ ਅਸੈਂਬਲੀ ਮਿਲਦੀ ਹੈ ਤਾਂ ਅਸੈਂਬਲੀ ਦਾ ਮਤਲਬ ਹੁੰਦਾ ਹੈ ਕਿ ਸਟੇਟ ਦੀ ਓਵਰਆਲ ਸਿਚੁਏਸ਼ਨ ਕੀ ਹੈ, ਅਸੀਂ ਕਿੱਥੋਂ ਆਏ ਹਾਂ, ਅਸੀਂ ਕਿੱਥੇ ਜਾਣਾ, ਕੀ ਅਸੀਂ ਹੁਣ ਤਾਈਂ ਹਾਸਲ ਕਰ ਲਿਆ, ਕੀ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ। ਇਹਦਾ ਮਤਲਬ ਇਹ ਹੈ ਕਿ ਸਟੇਟ ਦੀ ਸਾਰੀ ਸਿਚੁਏਸ਼ਨ ਵਿੱਚ ਇਨਕਲੂਡਸ ਪੋਲੀਟੀਕਲ, ਸੋਸ਼ਲ, ਇਕਨੋਮਿਕ, ਗਵਰਨੈਂਸ ਔਰ ਦੂਸਰੇ ਮੁੱਦੇ ਜਿਹੜੇ ਨੇ, ਜਿਹੜੇ ਪਬਲਿਕ ਇੰਟਰਸਟ ਦੇ ਮੁੱਦੇ ਨੇ, ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਔਰ ਅਖੀਰ 'ਤੇ ਆ ਕੇ ਅਸੀਂ ਇਹ ਕਹਿੰਦੇ ਹਾਂ ਕਿ ਆਹ ਸਾਡਾ ਬਜਟ ਹੈ, ਅਸੀਂ ਆਹ ਸਾਡੀਆਂ ਜੋ ਅਸੀਂ ਕੀਤਾ ਹੈਗਾ ਉਹ ਸਾਡੀ ਆਹ ਹੈ ਅਤੇ ਸਾਡੇ ਕੋਲ ਇੰਨਾ ਇੰਨੀ ਇਨਕਮ ਆ ਰਹੀ ਹੈ ਅਤੇ ਇੰਨੇ ਸਾਡੇ ਖਰਚੇ ਨੇ, ਇੰਨਾ ਸਾਡਾ ਬਜਟ ਜਿਹੜਾ ਹੈ ਡਿਫਿਸਿਟ ਜਾਏਗਾ ਜਾਂ ਸਰਪਲਸ ਜਾਏਗਾ। ਇਹ ਚੀਜ਼ਾਂ ਹੋਣ ਦੇ ਵਿੱਚ ਇਨਕਮ ਬਾਰੇ ਤਾਂ ਗੱਲ ਹੀ ਨਹੀਂ ਕੀਤੀ ਨਾ। ਹਾਂ, ਮੈਂ ਉਹੀ ਗੱਲ ਇਸੇ ਕਰਕੇ ਮੈਂ ਇਹ ਗੱਲਾਂ ਜਿਹੜੀਆਂ ਪੁਆਇੰਟ ਆਊਟ ਕਰ ਰਿਹਾ ਅਤੇ ਜਿਹੜੀ ਗੱਲ ਭੀਮਿੰਦਰ ਨੇ ਕਹੀ ਹੈ ਬਿਲਕੁਲ ਠੀਕ ਹੈ ਕਿ ਬਜਾਏ ਇਸ ਦੇ ਕਿ ਪਬਲਿਕ ਇੰਟਰਸਟ ਦੇ ਮੁੱਦਿਆਂ 'ਤੇ ਕੋਈ ਵਿਚਾਰ ਚਰਚਾ ਹੋਵੇ, ਕੋਈ ਉਹਦੇ 'ਤੇ ਆਪਸ 'ਚ ਰਲ ਮਿਲ ਕੇ ਕੋਈ ਸਲਿਊਸ਼ਨ ਕੱਢੇ ਜਾਣ, ਇੱਥੇ ਕੀ ਹੋ ਰਿਹਾ ਹੈ ਇੰਨੇ ਜ਼ਿਆਦਾ ਵੈਸਟਡ ਇੰਟਰਸਟ ਹੋ ਗਏ ਹੈ, ਨਾ ਕੇਵਲ ਇੰਡੀਵਿਜੁਅਲਸ ਦੇ ਬਲਕਿ ਪਾਰਟੀਜ਼ ਦੇ। ਕੋਈ ਵੀ ਇੰਡੀਵਿਜੁਅਲ ਇਰਰਿਸਪੈਕਟਿਵ ਆਫ ਦੀ ਫੈਕਟ ਕਿ ਕਿਹੜੀ ਪਾਰਟੀ ਦਾ, ਉਹ ਰੂਲਿੰਗ ਪਾਰਟੀ ਦਾ ਵੀ ਅਤੇ ਵਿਰੋਧੀ ਪਾਰਟੀ ਦਾ ਵੀ, ਉਹ ਸਾਰੇ ਦੇ ਸਾਰੇ ਆਪਣਾ ਆਪਣਾ ਵੈਸਟਡ ਇੰਟਰਸਟ ਦੇਖ ਰਹੇ ਨੇ। ਜਿਹਨੂੰ ਸੂਟ ਕਰਦਾ ਉਹ ਉਹੀ ਗੱਲਾਂ ਕਹਿੰਦਾ ਹੈ, ਅਸੀਂ ਕੁਛ ਗੱਲਾਂ ਉਹ ਬਾਹਰ ਆ ਕੇ ਕਰ ਦਿੰਦੇ ਨੇ, ਕੁਛ ਅੰਦਰ ਬਹਿ ਕੇ ਕਰਦੇ ਨੇ। ਹੁਣ ਇਹ ਕਹਿੰਦੇ ਨੇ ਡਾਕਟਰ ਭੀਮਿੰਦਰ ਦਾ ਇਹ ਕਹਿਣਾ ਕਿ ਵਿਰੋਧੀ ਧਿਰਾਂ ਦੋਨੇ, ਮੁੱਖ ਵਿਰੋਧੀ ਧਿਰ ਜਿਹੜੀ ਹੈ ਆਮ ਆਦਮੀ ਪਾਰਟੀ ਔਰ ਦੂਜੀ ਧਿਰ ਜਿਹੜੇ ਅਕਾਲੀ, ਇਹ ਕੈਪਟਨ ਸਾਹਿਬ ਦੇ ਜਾਲ 'ਚ ਫਸ ਗਏ।
ਦੋ ਗੱਲਾਂ ਤੱਕ ਸਿੱਧੂ ਸਾਹਿਬ ਲੱਗਦਾ, ਜਦੋਂ ਦਿਨਕਰ ਗੁਪਤਾ ਦੀ ਸਟੇਟਮੈਂਟ ਨੂੰ ਲੈ ਕੇ ਰੌਲਾ ਪੈਂਦਾ, ਆ ਭਾਰਤ ਭੂਸ਼ਣ ਆਸ਼ੂ ਨੂੰ ਪੈਂਦਾ, ਉਹਦੇ ਐਡਾ ਵੱਡਾ ਰੌਲਾ ਪਾ ਕੇ ਇਹਨਾਂ ਦੋ ਦਿਨ ਖਰਾਬ ਕਰਨ ਦੀ ਕੀ ਲੋੜ ਸੀ? ਵਧੀਆ ਸਾਹਿਬ, ਮੈਂ ਉਹੀ ਗੱਲ ਪੁਆਇੰਟ ਆਊਟ ਕਰ ਰਿਹਾ ਕਿ ਨਾ ਤਾਂ ਸੱਤਾਧਾਰੀ ਕਿਸੇ ਗੱਲੋਂ ਸੀਰੀਅਸ ਹੈ, ਨਾ ਵਿਰੋਧੀ ਧਿਰ ਹੈਗੀ ਹੈ। ਸੱਤਾਧਾਰੀ ਤਾਂ ਕੁਝ ਕਰਦੇ ਨਹੀਂ, ਉਹਨਾਂ ਨੇ ਹੋਣੀ ਨਹੀਂ, ਉਹਨਾਂ ਦੀ ਪ੍ਰਾਪਤੀ ਕੋਈ ਨਹੀਂ ਹੈ, ਉਹਨਾਂ ਦੀ ਪ੍ਰਾਪਤੀ ਨਹੀਂ, ਇਸ ਕਰਕੇ ਉਹਨਾਂ ਨੂੰ ਸੂਟ ਕਰਦਾ, ਜਿਵੇਂ ਜੇ ਬਿਨਾਂ ਮਤਲਬ ਤੋਂ ਟਾਈਮ ਵੇਸਟ ਹੋ ਜਾਏ ਤਾਂ ਚੰਗੀ ਗੱਲ ਹੈ। ਬਿਲਕੁਲ ਤੁਸੀਂ ਠੀਕ ਕਰ ਰਹੇ, ਵਿਰੋਧੀ ਧਿਰ ਦਾ ਕੰਮ ਹੈ, ਕਿਉਂ ਨਹੀਂ ਕਰਦੇ? ਵਿਰੋਧੀ ਧਿਰ ਵੀ ਕੁਝ ਨਹੀਂ ਕਰਨਾ ਚਾਹੁੰਦੀ, ਉਹ ਵਾਕਆਊਟ ਕਰ ਜਾਂਦੀ ਹੈ। ਨਹੀਂ, ਇਹੀ ਇੱਥੇ ਆ ਕੇ ਵਿਰੋਧੀ ਧਿਰ ਦੀ ਭੂਮਿਕਾ ਦੇ ਸਵਾਲ ਕਿਉਂ ਉੱਠਦਾ? ਇਸੇ ਕਰਕੇ ਉੱਠ ਰਹੇ ਨੇ ਕਿ ਨਾ ਤਾਂ ਜਿਹੜੀ ਸੱਤਾਧਾਰੀ ਹੈ ਕੁਝ ਕਰਦੀ ਹੈ, ਉਹ ਠੀਕ ਹੈ। ਆਪਾਂ ਇਸ ਗੱਲ ਨੂੰ ਇਹ ਗੱਲ ਕੰਕਲੂਡ ਕਰ ਸਕਦੇ ਹਾਂ ਕਿ ਹਾਂ, ਉਹਦੇ ਜਾਲ ਚ ਫਸ ਗਈ, ਪਰ ਉਹ ਖੁਦ ਜਾਲ ਚ ਫਸੀ ਹੋਈ ਹੈ। ਜਾਲ ਚ ਫਸੇ ਕਿ ਜਾਣ ਬੁੱਝ ਕੇ ਕਰ ਰਹੇ ਨੇ? ਜਾਣ ਬੁੱਝ ਕੇ ਕਰ ਰਹੇ ਨੇ। ਮੈਨੂੰ ਇੱਥੇ ਥੋੜਾ ਜਿਹਾ ਕਿੰਤੂ ਹੈ ਸ਼ਾਇਦ। ਦੇਖੋ, ਦੋਨੇ ਚੀਜ਼ਾਂ ਨੇ, ਕਿਉਂਕਿ ਉਹਨਾਂ ਦਾ ਇੰਟਰਸਟ ਹੀ ਕੋਈ ਨਹੀਂ ਹੈਗਾ। ਉਹ ਜੇ ਉਹਨੂੰ ਇੰਟਰਸਟ, ਠੀਕ ਹੈ, ਆਪਾਂ ਇਹ ਗੱਲ ਕਹਾਂਗੇ ਪੋਲੀਟੀਕਲੀ ਉਹਨਾਂ ਨੇ ਉਹਨਾਂ ਨੂੰ ਅੱਗੇ ਲਾ ਲਿਆ ਕਿ ਉਹਨਾਂ ਨੇ ਇਹ ਗੱਲਾਂ ਲਿਆਂਦੀਆਂ, ਉਹਨਾਂ ਨੇ ਉਹਨਾਂ ਨੂੰ ਉੱਥੇ ਲਿਆ ਕੇ ਫਜ਼ੂਲ ਦੇ ਮੁੱਦੇ ਜਿਹੜੇ ਨੇ, ਆਸ਼ੂ ਦਾ ਮੁੱਦਾ ਜੀ, ਉਹਦੇ ਉੱਤੇ ਕੋਈ ਆਫਰ ਹੈ? ਤੁਸੀਂ ਕਹੋ ਭਾਈ, ਜਿਵੇਂ ਰਾਣਾ ਉਹਦੇ ਕੀਤਾ ਸੀਗਾ, ਅਸਤੀਫਾ ਦਵਾ ਕੇ ਕੁਛ ਨੀ ਕੀਤਾ, ਉਹ ਆਪੇ ਕਲੀਨ ਚਿੱਟ ਲਈ ਜਾਂਦਾ ਹੱਦ ਹੈ। ਬਿਲਕੁਲ, ਡਾਕਟਰ ਭੀਮਿੰਦਰ ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਕਿ ਵਿਰੋਧੀ ਧਿਰ ਜਿਹੜੀ ਹੈ, ਮੰਨ ਲਓ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਤਾਂ ਅਕਾਲੀ ਦਲ ਨੇ ਜਿਹੜਾ ਪਹਿਲੇ ਦਿਨ ਹੀ ਜਦੋਂ ਬਜਟ ਪਾਸ ਹੋਣਾ ਸੀ, ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਨੇ ਮਨਪ੍ਰੀਤ ਦੀ ਕੋਠੀ ਘੇਰੀ, ਬਜਾਏ ਇਹਦੇ ਕਿ ਅਸੀਂ ਵਿਧਾਨ ਸਭਾ ਸੈਸ਼ਨ ਚ ਬਿਲਕੁਲ ਉੱਥੇ ਕੋਈ ਗੱਲਬਾਤ ਕਰੀਏ। ਉਹ ਕੀ ਕਰ ਰਹੇ, ਇੱਕ ਖਾਸ ਤਰ੍ਹਾਂ ਦਾ ਡਰਾਮਾ, ਖਾਸ ਤੌਰ ਤੇ ਪ੍ਰੈਸ ਵਿੱਚ ਆਉਣ ਵਾਸਤੇ ਉਹਨਾਂ ਨੇ ਡਰਾਮਾ ਰਚਿਆ ਸਾਰੇ ਲੀਡਰ ਸਾਹਿਬਾਨ ਨੇ ਕਿ ਅਸੀਂ ਜੀ ਉਹਨਾਂ ਦੀ ਕੋਠੀ ਘੇਰਾਂਗੇ ਤਾਂ ਕਿ ਅਸੀਂ ਉਹਦੇ 'ਚ ਮੀਡੀਆ 'ਚ ਆਵਾਂਗੇ ਤੇ ਇਹ ਖਬਰ ਬਣੇਗੀ ਕੱਲ ਨੂੰ। ਸੋ ਇਹਨਾਂ ਨੇ ਆਪਣੇ ਆਪ ਨੂੰ ਇੱਕ ਖਬਰ ਤੱਕ ਸਮੇਟ ਲਿਆ। ਇਸੇ ਤਰ੍ਹਾਂ ਜਿਹੜੀਆਂ ਤੁਸੀਂ ਜਿਹੜੀਆਂ ਦੋ ਮੁੱਦੇ ਗਣਾਏ ਨੇ, ਖਾਸ ਤੌਰ ਤੇ ਆਸ਼ੂਤੋਸ਼ ਦਾ ਤੇ ਜਿਹੜਾ ਹੈਗਾ ਸਾਡੇ ਡੀਜੀਪੀ ਦਾ, ਤਾਂ ਇਹ ਮੁੱਦੇ ਮੈਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ, ਮੈਂ ਸੰਕਟਾਂ ਦੀ ਗੱਲ ਕਰ ਰਿਹਾ, ਚਾਹੇ ਖੇਤੀਬਾੜੀ ਦਾ ਸੰਕਟ ਹੈ, ਸਰਵਿਸ ਸੈਕਟਰ ਦਾ ਸੰਕਟ ਹੈ, ਚਾਹੇ ਕਿਸਾਨਾਂ ਦਾ, ਨੌਜਵਾਨੀ ਦਾ, ਐਜੂਕੇਸ਼ਨ ਦਾ, ਇਹ ਜਿਹੜੇ ਬੁਨਿਆਦੀ ਮੁੱਦੇ ਨੇ ਇਸ ਵੇਲੇ ਭਖਦੇ ਮੁੱਦੇ ਨੇ, ਮੈਨੂੰ ਲੱਗਦਾ ਕਿ ਉਹਦੇ ਉੱਤੇ ਗੱਲ ਹੋਣੀ ਚਾਹੀਦੀ ਸੀਗੀ, ਜਿਹੜੀ ਕਿ ਨਹੀਂ ਹੋਈ। ਇਹ ਮੈਨੂੰ ਲੱਗਦਾ ਕਿ ਇਹਦੇ ਉੱਤੇ ਵਿਰੋਧੀ ਧਿਰਾਂ ਨੂੰ ਸੋਚਣ ਦੀ ਲੋੜ ਹੈ। ਜੀ ਭੀਮਿੰਦਰ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹ ਕਿਹੜੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਸੀ? ਇੱਕ ਗੱਲ ਹੋਰ ਜਿਹੜੀ ਤੇ ਮੈਂ ਸਮਝਦਾ ਕਿ ਸਾਡੇ ਦਰਸ਼ਕਾਂ ਦਾ ਧਿਆਨ ਜ਼ਰੂਰ ਹੋਏਗਾ, ਇਹ ਸੈਸ਼ਨ ਦੇ ਦੌਰਾਨ ਜਾਂ ਪਿਛਲੇ ਕੁਝ ਜਿਹੜੇ ਸੈਸ਼ਨ ਹੋਏ ਨੇ ਉਹਨਾਂ ਦੇ ਦੌਰਾਨ ਸਾਡੀ ਜਿਹੜੀ ਵਿਰੋਧੀ ਧਿਰਾਂ ਨੇ ਦੋਨੇ, ਉਹ ਬਾਹਰ ਬਹੁਤ ਆਉਂਦੀਆਂ ਨੇ, ਵਾਕਆਊਟ ਬਹੁਤ ਕਰਦੀਆਂ ਨੇ ਅਤੇ ਬਾਹਰ ਆ ਕੇ ਡਰਾਮੇ ਬਹੁਤ ਵਧੀਆ ਕਰਦੀਆਂ ਨੇ, ਬਿਲਕੁਲ ਨਾਟਕਬਾਜ਼ੀ ਹੁੰਦੀ ਹੈ, ਲੋਲੀਪਾਪ ਵੰਡੇ ਜਾਂਦੇ ਨੇ, ਛੁਨਛਣੇ ਦਿਖਾਏ ਜਾਂਦੇ ਨੇ, ਔਰ ਫਿਰ ਜਾ ਮਤਲਬ ਤਖਤੀਆਂ ਦਿਖਾਈਆਂ ਜਾਂਦੀਆਂ ਨੇ, ਮੂੰਹ 'ਤੇ ਪੱਟੀਆਂ ਬੰਨ੍ਹ ਲਈਆਂ ਜਾਂਦੀਆਂ ਨੇ, ਲਾਈਟਾਂ ਦਿਖਾ ਲਈਆਂ ਜਾਂਦੀਆਂ ਨੇ ਬਿਜਲੀ ਦੇ ਮੁੱਦੇ 'ਤੇ, ਇਹ ਸਾਰਾ ਕੁਛ ਵਾਕਆਊਟ ਦੀ ਕਿਹੜੀ ਸਿਆਸਤ ਹੈ? ਡਾਕਟਰ ਭੀਮਿੰਦਰ, ਮੈਂ ਬਹੁਤ ਸਿੰਪਲ ਸਵਾਲ ਇਹ ਕਰਦਾ ਕਿ ਜਿਹੜੇ ਵਾਕਆਊਟ ਦੀ ਸਿਆਸਤ ਅਤੇ ਵਾਕਆਊਟ ਤੋਂ ਬਾਅਦ ਜਿਹੜੇ ਡਰਾਮੇ ਕਰਨਾ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬਿਕਰਮ ਮਜੀਠੀਆ ਨੇ ਵਿੱਤ ਮੰਤਰੀ ਦੀ ਕੋਠੀ ਘੇਰਨ ਸਮੇਂ ਵੱਡਾ ਡਰਾਮਾ ਕੀਤਾ, ਲਿਟ ਗਿਆ, ਬੇਹੋਸ਼ ਹੋ ਗਿਆ, ਜਾਂ ਹੋਇਆ ਜਾਂ ਨਹੀਂ ਡਰਾਮਾ ਕੀਤਾ, ਚੱਕ ਕੇ ਲੈ ਕੇ ਗਏ, ਥਾਣੇ 'ਚ ਗਏ, ਉੱਥੇ ਪ੍ਰਕਾਸ਼ ਸਿੰਘ ਬਾਦਲ ਆਏ ਪਤਾ ਲੈਣ, ਬਹੁਤ ਕੁਛ ਹੋਇਆ ਜੀ, ਇਹ ਸਾਰਾ ਕੁਛ ਲਗਾਤਾਰ ਵੀ ਦੇਖ ਰਹੇ ਹਾਂ। ਗੱਲ 'ਚ ਲਾਈਟਾਂ ਪਾ ਲਓ ਬਿਜਲੀ ਦੀ, ਫਿਰ ਲੋਲੀਪਾਪ ਛੁਨਛਣੇ ਲੈ ਕੇ ਆ ਜਾਓ, ਇਹ ਸਾਰਾ ਕੁਛ ਜਿਹੜਾ ਹੋ ਰਿਹਾ ਹੈ। ਕੱਲ੍ਹ ਆਮ ਆਦਮੀ ਪਾਰਟੀ ਲੋਲੀਪਾਪ ਦਿਖਾ ਰਹੀ ਹੈ ਵੀ ਕੈਪਟਨ ਲੋਲੀਪਾਪ ਦੇ ਰਿਹਾ, ਇਸ ਕਿਸਮ ਦੀ ਜਿਹੜੀ ਵਾਕਆਊਟ ਸਿਆਸਤ ਅਤੇ ਡਰਾਮੇਬਾਜ਼ੀ ਦੀ ਸਿਆਸਤ, ਇਹਦੇ ਨਾਲੋਂ ਜੇ ਅੰਦਰ ਜਿਹੜੀ ਸਾਰਥਕ ਬਹਿਸ ਹੋਵੇ ਉਹ ਜ਼ਿਆਦਾ ਠੀਕ ਹੈ ਕਿ ਇਹ ਜ਼ਿਆਦਾ ਠੀਕ ਹੈ? ਵਾਲੀਆ ਸਾਹਿਬ, ਪਹਿਲਾਂ ਤਾਂ ਸਾਨੂੰ ਇੱਕ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜਾ ਇੱਦਾਂ ਦਾ ਸੈਸ਼ਨ ਹੁੰਦਾ ਹੈ ਉਹਦੇ ਉੱਤੇ ਆਮ ਲੋਕਾਂ ਦਾ, ਸਾਡਾ ਜਿਹੜਾ ਅਸੀਂ ਇਨਕਮ ਟੈਕਸ ਦਿੰਦੇ ਹਾਂ ਉਹਦਾ ਕਰੋੜਾਂ ਰੁਪਇਆ ਡੇਲੀ ਲੱਗ ਰਿਹਾ, ਬਿਲਕੁਲ 60 ਲੱਖ ਰੁਪਇਆ, ਸੱਤਰ ਲੱਖ ਰੁਪਇਆ ਡੇਲੀ ਦਾ ਖਰਚਾ ਹੈ, ਤੁਸੀਂ ਇਹ ਸੋਚ ਕੇ ਦੇਖੋ। ਔਰ ਉਹਦੇ 'ਚੋਂ ਨਿਕਲਦਾ ਕੀ ਹੈ? 70 ਪੈਸੇ ਵੀ ਨਹੀਂ, ਜੋ ਰਿਜ਼ਲਟ ਨਿਕਲ ਰਿਹਾ। ਮੈਂ ਇਹ ਕਹਿਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਪਹਿਲੀ ਗੱਲ ਤਾਂ ਕਿਉਂਕਿ ਮੀਡੀਆ ਦਾ ਯੁੱਗ ਹੈ, ਟੈਕਨੋਲੋਜੀ ਦਾ ਯੁੱਗ ਹੈ, ਡਿਜੀਟਲ ਲਾਈਵ ਸਾਰਾ ਕੁਝ ਹੋ ਚੁੱਕਿਆ, ਇਹ ਲਾਈਵ ਕਿਉਂ ਨਹੀਂ ਹੁੰਦਾ, ਇਹ ਲਾਈਵ ਕਿਉਂ ਨਹੀਂ ਕੀਤਾ ਜਾ ਰਿਹਾ? ਜੇ ਪਾਰਲੀਮੈਂਟ ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਲਾਈਵ ਹੋ ਸਕਦਾ ਤਾਂ ਪੰਜਾਬ ਅਸੈਂਬਲੀ ਦੇ ਵਿੱਚ ਲਾਈਵ ਨਹੀਂ ਕਿਉਂ ਨਹੀਂ ਹੋ ਸਕਦਾ? ਇਹਦੇ ਲਈ ਸਾਨੂੰ ਸਵਾਲ ਉਠਾਉਣੇ ਚਾਹੀਦੇ ਨੇ। ਦੂਸਰੀ ਗੱਲ ਹੈ ਕਿ ਜੇ ਇਹ ਲਾਈਵ ਹੋਏਗਾ ਤਾਂ ਲਾਜ਼ਮੀ ਤੌਰ 'ਤੇ ਜਦੋਂ ਲੋਕ ਇੱਦਾਂ ਬਹਿਸ ਸਾਰੀ ਦੇਖਣਗੇ, ਸੰਵਾਦ ਦੇਖਣਗੇ, ਡਾਇਲੋਗ ਦੇਖਣਗੇ, ਤਾਂ ਉਹਦੇ ਵਿੱਚੋਂ ਸਾਨੂੰ ਪਤਾ ਲੱਗੇਗਾ ਕਿ ਕਿਹੜੀ ਪਾਰਟੀ, ਕਿਹੜਾ ਐਮ ਐਲ ਏ, ਕਿਹੜੀ ਪਾਰਟੀ ਦਾ ਉਹ
ਕੀ ਕਹਿ ਰਿਹਾ ਸੋ ਉੱਥੋਂ ਸਾਨੂੰ ਜੱਜ ਹੋ ਸਕਦਾ ਜਿਹੜਾ ਤੁਸੀਂ ਕਹਿੰਦੇ ਵਾਕਆਊਟ ਦੀ ਗੱਲ ਹੈ ਇਹ ਵਾਕਆਊਟ ਇਸੇ ਲਈ ਹੋ ਰਹੇ ਨੇ ਕਿਉਂਕਿ ਉੱਥੇ ਮੈਨੂੰ ਲੱਗਦਾ ਕਿ ਉੱਥੇ ਉਹ ਗੱਲ ਕਰਨੀ ਚਾਹੁੰਦੇ ਉੱਥੇ ਕਿਉਂਕਿ ਲਾਈਵ ਨਹੀਂ ਹੈ ਇਹ ਬਾਹਰ ਆ ਕੇ ਪ੍ਰੈਸ ਦੇ ਵਿੱਚ ਜਾ ਕੇ ਮੀਡੀਆ ਨੂੰ ਦਿਖਾਉਣ ਦੇ ਮਾਰੇ ਕਿਉਂਕਿ ਪ੍ਰੈਸ ਉਹ ਇਸੇ ਲਈ ਇਹ ਜ਼ਿਆਦਾ ਹੋ ਰਿਹਾ ਜੇ ਲਾਈਵ ਹੋਣ ਲੱਗ ਜੇ ਉਹ ਘਟੇਗਾ ਉੱਥੇ ਗੱਲ ਹੋਏਗੀ ਸਿੱਧੂ ਸਾਹਿਬ ਮੈਂ ਇੱਥੇ ਤੁਹਾਡੀ ਟਿੱਪਣੀ ਲੈਣਾ ਚਾਹੁੰਦਾ ਇਹ ਸਿਰਫ ਡਰਾਮੇ ਲਈ ਹੋ ਰਿਹਾ ਮੈਨੂੰ ਮੈਂ ਥੋੜ੍ਹੇ ਜਿਹੇ ਇਹਨੂੰ ਡਿਫਰੈਂਟ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਇਹ ਲੱਗਦਾ ਵੀ ਜਿੱਦਾਂ ਈਵੈਂਟਸ ਡਿਵੈਲਪ ਹੋ ਰਹੀਆਂ ਨੇ ਡੇ ਬਾਈ ਡੇ ਸਾਰੀਆਂ ਪਾਰਟੀਆਂ ਦੀ ਅੰਦਰੂਨੀ ਪ੍ਰੋਬਲਮ ਵੀ ਹੈਗੀ ਇੱਕ ਉਹ ਅੰਦਰੋਂ ਆਪਣੇ ਆਪ ਨੂੰ ਗਲੋਰੀਫਾਈ ਸੈਲਫ ਗਲੋਰੀਫਾਈ ਜਿਸ ਤਰ੍ਹਾਂ ਬਿਕਰਮ ਮਜੀਠੀਆ ਦੀ ਗੱਲ ਹੋਈ ਹੈ ਮੈਨੂੰ ਲੱਗਦਾ ਉਹਦੇ 'ਚ ਅੰਦਰ ਪ੍ਰੋਬਲਮ ਚੱਲ ਰਹੀ ਹੈ ਇਹ ਵੀ ਨਹੀਂ ਪਤਾ ਵਿਧਾ ਉਹਨਾਂ ਦੇ ਜਿਹੜਾ ਵਿਧਾਇਕਾਂ ਦਾ ਨੇਤਾ ਬਿਕਰਮ ਮਜੀਠੀਆ ਜਾਂ ਐਗਜੈਕਟਲੀ ਮੈਂ ਸੈਲਫ ਗਲੋਰੀਫਿਕੇਸ਼ਨ ਦੀ ਗੱਲ ਕਰ ਰਿਹਾ ਇਹ ਸਾਰੀਆਂ ਪ੍ਰੋਬਲਮ ਆ ਰਹੀ ਹੈ ਕਾਂਗਰਸ ਦੇ ਵਿੱਚ ਵੀ ਸੈਲਫ ਗਲੋਰੀਫਿਕੇਸ਼ਨ ਵਾਸਤੇ ਚੱਲ ਰਹੇ ਨੇ ਅੰਦਰ ਬੋਲ ਕੇ ਖੁਸ਼ ਆਉਂਦੇ ਨੇ ਅੰਦਰ ਕਹਿ ਕੇ ਬਾਹਰ ਆ ਕੇ ਕਹਿੰਦੇ ਆ ਮੈਨੂੰ ਕੀ ਪਤਾ ਕੈਪਟਨ ਸਾਹਿਬ ਨੂੰ ਪੁੱਛੋ ਇਹ ਸਵਾਲ ਮੈਨੂੰ ਕਿਉਂ ਪੁੱਛਦੇ ਹੋ ਜਦਕਿ ਕੁਲੈਕਟਿਵ ਰਿਸਪੋਂਸੀਬਿਲਿਟੀ ਹੈ ਗੱਲਾਂ ਇਹ ਨੇ ਕਿ ਅਸੀਂ ਕੀ ਕਰਦੇ ਹਾਂ ਅਸੀਂ ਜਦੋਂ ਇਹ ਇਸ ਤਰ੍ਹਾਂ ਦੀ ਮੀਟਿੰਗ ਹੁੰਦੀ ਹੈ ਅਸੈਂਬਲੀ ਮਿਲਦੀ ਹੈ ਅਸੀਂ ਉਹਨਾਂ ਦਾ ਬਿਹੇਵੀਅਰ ਦੇਖਦੇ ਹਾਂ ਵੀ ਜਿਹੜੇ ਸਾਡੇ ਕਾਨੂੰਨ ਘਾੜੇ ਨੇ ਸਾਡੇ ਰੂਲਰ ਨੇ ਉਹਨਾਂ ਦਾ ਬਿਹੇਵੀਅਰ ਕੀ ਹੈ ਉਹਨਾਂ ਦੀ ਪਰਸਨੈਲਿਟੀ ਕੀ ਹੈ ਅਸੀਂ ਕਿਹਨਾਂ ਨੂੰ ਵੋਟਾਂ ਪਾਈਆਂ ਅਸੀਂ ਉਹਨਾਂ ਨੂੰ ਵੋਟੀਆਂ ਪਾਈਆਂ ਜਿਹੜੇ ਛੁਣਛਣੇ ਲੈ ਕੇ ਉੱਥੇ ਖੜੇ ਨੇ ਉਹ ਟੀਚਰ ਕਲਾਸ 'ਚ ਪੜਾਉਂਦਾ ਬੱਚੇ ਨੂੰ ਛੁਣਛਣੇ ਦਾ ਮਹਿਨਾ ਸਮਝਾਉਂਦਾ ਬੱਚਾ ਬੱਚਿਆਂ ਵਾਸਤੇ ਛੁਣਛਣੇ ਹੁੰਦੇ ਨੇ ਤੁਸੀਂ ਇੱਥੇ ਖੇਡੀ ਜਾਂਦੇ ਹੋ ਇਹ ਇਹ ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਉਹਨਾਂ ਦੀ ਅੰਦਰੂਨੀ ਸਮੱਸਿਆ ਇਹਦਾ ਮਤਲਬ ਇਹ ਭੱਜਦੇ ਨੇ ਬੈਸ ਇਹ ਭੱਜਦੇ ਨੇ ਇਹ ਭੱਜਦੇ ਵੀ ਨੇ ਇਹ ਸਾਰਾ ਕੁਝ ਸੈਲਫ ਗਲੋਰੀਫਾਈ ਵੀ ਠੀਕ ਹੋ ਸਕਦੀ ਹੈ ਕਿ ਮੀਡੀਆ 'ਚ ਆ ਕੇ ਬਿਲਕੁਲ ਮੀਡੀਆ ਦਿਖਾਓ ਐਗਜੈਕਟਲੀ ਮੈਂ ਇਹੀ ਗੱਲ ਕਹਿ ਰਿਹਾ ਕਿ ਹੁਣ ਬਿਕਰਮ ਮਜੀਠੀਆ ਨੇ ਜਿਸ ਤਰ੍ਹਾਂ ਕੀਤਾ ਉਹ ਤੇ ਪਤਾ ਨਹੀਂ ਹੁਣ ਸੁਖਬੀਰ ਲੀਡਰ ਹੈ ਕਿ ਉਹ ਲੀਡਰ ਹੈ ਕਿ ਢਿੱਲੋਂ ਸੁਖਬੀਰ ਨੂੰ ਤਾਂ ਡੋਮੀਨੇਟ ਕਰਨ ਦੀ ਕੋਸ਼ਿਸ਼ ਹੈ ਹਾਂ ਇਸੇ ਤਰ੍ਹਾਂ ਕਰਨੀ ਕਾਂਗਰਸ ਦੀ ਵੀ ਇਹੀ ਪ੍ਰੋਬਲਮ ਹੈ ਕਪਤਾਨ ਸਾਹਿਬ ਆਉਂਦੇ ਨਹੀਂ ਕਿ ਪਿੱਛੋਂ ਜਿਹੜਾ ਕੋਈ ਲੀਡਰ ਹੈ ਸਾਰੇ ਲੀਡਰ ਨੇ ਉੱਥੇ ਸਾਰੇ ਜਵਾਬ ਦੇ ਜਾਂਦੇ ਨੇ ਕੋਈ ਠੀਕ ਦੇ ਰਿਹਾ ਕੋਈ ਗਲਤ ਜਵਾਬ ਦੇ ਰਿਹਾ ਬਾਹਰ ਆ ਕੇ ਕੁਝ ਹੋਰ ਕਹਿ ਰਹੇ ਨੇ ਇਹੀ ਪ੍ਰੋਬਲਮ ਆਮ ਆਦਮੀ ਦੀ ਵੀ ਹੈ ਆਮ ਆਦਮੀ ਇਜ਼ ਸਟਿਲ ਟੂ ਯੂਨਾਈਟ ਇਟ ਸੈਲਫ ਸਟਿਲ ਟੂ ਐਸਟੈਬਲਿਸ਼ ਇਟ ਸੈਲਫ ਠੀਕ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਕਰ ਲਿਆ ਦਿੱਲੀ ਦੇ ਵਿੱਚ ਦਿੱਲੀ ਤੇ ਪੰਜਾਬ ਕੰਪੇਅਰੇਬਲ ਨਹੀਂ ਹੈਗਾ ਪਰ ਜੇ ਕੋਈ ਪਰਫਾਰਮ ਕਰੋਗੇ ਤਾਂ ਹੀ ਪਤਾ ਲੱਗੂਗਾ ਨਾ ਪਰਫਾਰਮ ਚਲੋ ਠੀਕ ਹੈ ਵਿਰੋਧੀ ਧਿਰ ਤੁਸੀਂ ਹੈਗੇ ਹੋ ਵਿਰੋਧੀ ਧਿਰ ਵਾਲੀ ਭੂਮਿਕਾ ਜਿਹੜੀ ਆ ਉਹ ਏਦਾਂ ਨਹੀਂ ਕਿ ਵਾਕਆਊਟ ਕਰ ਜਾਓ ਤੇ ਭੂਮਿਕਾ ਪੂਰੀ ਹੋ ਗਈ ਉਹ ਉਹਨੂੰ ਲੈਣ ਦੀ ਕੋਸ਼ਿਸ਼ ਕਰ ਰਿਹਾ ਬਿਕਰਮ ਮਜੀਠੀਆ ਮੈਂ ਬਾਈ ਨੇਮ ਕਹਿ ਸਕਦਾ ਕਿ ਉਹ ਬਿਕਰਮ ਮਜੀਠੀਆ ਇਸ ਸੈਲਫ ਗਲੋਰੀਫਾਈਂਗ ਅਕਾਲੀ ਦਲ ਗਲੋਰੀਫਾਈ ਨਹੀਂ ਹੋ ਰਿਹਾ ਅਮਨ ਅਰੋੜਾ ਦਾ ਗੱਲ ਹੈ ਜਾਂ ਕੁਛ ਹੋਰ ਜਿਹੜੇ ਖਾਸ ਲੀਡਰ ਨੇ ਮੈਂ ਹਰਪਾਲ ਚੀਮੇ ਦੀ ਗੱਲ ਕਰਾਂਗਾ ਈਵਨ ਬੁੱਧ ਰਾਮ ਅੱਜ ਵੀ ਜਿਹੜਾ ਉੱਥੇ ਵਾਕਆਊਟ ਹੋਇਆ ਖਾਸ ਤੌਰ 'ਤੇ ਜਿਹੜਾ ਦਲਿਤਾਂ ਦਾ SC ST ਬਿੱਲ ਦੇ ਉੱਤੇ ਕਹੀ ਗਈ ਹੈ ਉਹ ਬਾਕਾਇਦਾ ਤੌਰ 'ਤੇ ਕੁਛ ਜਿਹੜੇ ਦੇ ਲੀਡਰ ਨੇ ਉਹ ਜਾਂਦੇ ਨੇ ਕਿਉਂਕਿ ਰੀਜ਼ਨ ਇਹ ਹੈ ਉੱਥੇ ਕੀ ਹੋ ਰਿਹਾ ਕਿ ਉਹ ਅੰਦਰ ਖਾਤੇ ਸਾਰੀ ਬਹਿਸ ਹੁੰਦੀ ਹੈ ਉਹ ਬਾਹਰ ਆਉਂਦੀ ਨਹੀਂ ਹੈ ਸੋ ਇਸ ਕਰਕੇ ਮੈਨੂੰ ਇਹਨਾਂ ਲੀਡਰਾਂ ਨੂੰ ਇਹ ਲੱਗਦਾ ਪ੍ਰੈਸ ਬੈਠੀ ਹੁੰਦੀ ਹੈ ਬਿਲਕੁਲ ਉਹ ਬਾਅਦ ਚ ਪ੍ਰੈਸ ਦਾ ਜਿਹੜਾ ਹੈਗਾ ਉਹ ਵਿਊ ਜਾਏਗਾ ਨਾ ਉਹਨਾਂ ਦਾ ਸਿੱਧਾ ਵਿਊ ਨਹੀਂ ਜਾ ਰਿਹਾ ਗੱਲ ਇਹ ਨਹੀਂ ਗੱਲ ਹੋਰ ਵੀ ਐਂਗਲ ਆਪਾਂ ਸੋਚ ਸਕਦੇ ਆ ਕਿ KP ਰਾਣਾ ਜਿਹੜੇ ਸਪੀਕਰ ਨੇ ਜੀ ਕੀ ਉਹ ਨਿਰਪੱਖ ਨੇ ਕੀ ਉਹਨਾਂ ਨੂੰ ਬੋਲਣ ਦੀ ਆਗਿਆ ਦਿੱਤੀ ਵਾਕਆਊਟ ਦਾ ਮਤਲਬ ਕੀ ਹੁੰਦਾ ਕਿ ਸਾਨੂੰ ਇੱਥੇ ਨਹੀਂ ਸੁਣਦੇ ਅਸੀਂ ਬਾਹਰ ਚੱਲੇ ਹਾਂ ਬਿਲਕੁਲ ਤਾਂ ਕੋਈ ਪ੍ਰੋਟੈਸਟ ਦਾ ਕਾਰਨ ਤਾਂ ਕੋਈ ਹੋਊਗਾ ਵਾਲੀਆ ਸਾਹਿਬ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇੱਕ ਵਾਰੀ ਲਾਈਵ ਚੱਲਿਆ ਸਾਰਾ ਜਦੋਂ ਬਰਗਾੜੀ ਕਾਂਡ ਦੇ ਉੱਤੇ ਬਕਾਇਦਾ ਹੋਇਆ ਉਹਦੇ ਵਿੱਚ ਅਕਾਲੀ ਦਲ ਨੇ ਵਾਕਆਊਟ ਕੀਤਾ ਸੀਗਾ ਤੁਹਾਨੂੰ ਯਾਦ ਹੋਇਆ ਉਹ ਉਹਦਾ ਰੀਜ਼ਨ ਇਹ ਹੈ ਕਿ ਜੇ ਤੁਸੀਂ ਇਸ ਚੀਜ਼ ਨੂੰ ਮੇਰਾ ਜਿਹੜਾ ਵਾਰ ਵਾਰ ਮੈਂ ਜ਼ੋਰ ਦੇ ਰਿਹਾ ਗੱਲ ਦੇ ਉੱਤੇ ਕਿ ਜੇ ਤੁਹਾਨੂੰ ਉਹਨਾਂ ਨੂੰ ਵਾਕਆਊਟ ਕਿਉਂ ਆਪਾਂ ਜਾਣ ਦੇ ਰਿਹਾ ਜੇ ਅਸੀਂ ਸੰਸੀਰ ਹਾਂ ਜੇ ਅਸੀਂ ਪੰਜਾਬ ਪ੍ਰਤੀ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਪੰਜਾਬ ਦੇ ਸੰਕਟ ਪ੍ਰਤੀ ਜੇ ਸਾਰੀਆਂ ਧਿਰਾਂ ਸੰਸੀਰ ਨੇ ਜਿਹੜੀਆਂ ਕਿ ਬਾਹਰ ਆ ਕੇ ਕਹਿ ਰਹੀਆਂ ਨੇ ਉਹ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਇਸ ਨੂੰ ਤੁਸੀਂ ਲਾਈਵ ਕਰਕੇ ਇਹਨਾਂ ਮੁੱਦਿਆਂ ਨੂੰ ਡਾਇਲੋਗ ਦੇ ਰਾਹੀਂ ਹੱਲ ਕਿਉਂ ਨਹੀਂ ਕੀਤਾ ਜਾਂਦਾ ਵਾਕਆਊਟ ਦਾ ਕੋਈ ਹੱਲ ਨਹੀਂ ਹੈ ਵਾਕਆਊਟ ਦੀ ਬਜਾਏ ਤੁਸੀਂ ਸੰਵਾਦ ਰਚਾਓ ਪਰ ਜੇ ਸੰਵਾਦ ਦੇ ਵਿੱਚੋਂ ਚੀਜ਼ਾਂ ਕੱਢੋ ਦੂਜਾ ਐਂਗਲ ਵੀ ਹੈ ਡਾਕਟਰ ਭੀਮਿੰਦਰ ਔਰ ਡਾਕਟਰ ਸਿੱਧੂ
ਰੋਈ ਤਾਂ ਜੇ ਸਾਹ ਨਹੀਂ ਆਇਆ ਬਿਲਕੁਲ ਜੇ ਉਹਨਾਂ ਦੀ ਗੱਲ ਆਪੋਜੀਸ਼ਨ ਦੀ ਉੱਥੇ ਨਹੀਂ ਸੁਣੀ ਜਾਂਦੀ ਤਾਂ ਵਾਕਆਊਟ ਕਰਦੇ ਨੇ ਜਿਹੜੀ ਤੁਹਾਡੀ ਸੱਤਾਧਾਰੀ ਧਿਰ ਹੈ ਉਹ ਸੰਵਾਦ ਰਚਾਉਣਾ ਨਹੀਂ ਚਾਹੁੰਦੀ ਉਹ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਇਸ਼ਾਰਾ ਕਰ ਰਹੇ ਨੇ ਸਾਨੂੰ ਲੋਕਾਂ ਦੇ ਵਿੱਚ ਐਕਸਪੋਜ਼ ਕਰਨਗੇ ਇਸ ਕਰਕੇ ਕਿਵੇਂ ਨਾ ਕਿਵੇਂ ਉਹ ਜਿਵੇਂ ਤੁਸੀਂ ਦੋ ਜਿਹੜੇ ਨੇ ਭਾਰਤ ਭੂਸ਼ਣ ਦੀ ਗੱਲ ਕੀਤੀ ਹੈ ਇੱਕ ਹੋਰ ਜਿਹੜੀ ਮੁੱਦੇ ਦੀ ਗੱਲ ਕੀਤੀ ਹੈ ਉਹਨਾਂ 'ਚ ਉਲਝਾ ਕੇ ਉਹ ਇਹਨਾਂ ਨੂੰ ਜਿਹੜਾ ਹੈਗਾ ਟਾਈਮ ਪਾਸ ਪੂਰੇ ਦੇ ਪੂਰੇ ਜਿਹੜਾ ਸਮਾਂ ਗੁਜ਼ਾਰਨਾ ਚਾਹੁੰਦੇ ਨੇ ਡਾਕਟਰ ਸਿੱਧੂ ਕੀ ਜਿਹੜੇ ਸਾਡਾ ਮੀਡੀਆ ਸਾਡੇ ਇੰਟਲੈਕਚੁਅਲ ਸਾਡੇ ਰਾਈਟਰ ਜਰਨਲਿਸਟ ਇਹ ਇੱਕ ਲਿਸਟ ਨਹੀਂ ਦੇ ਸਕਦੇ ਕਿ ਸਾਡੇ ਸਾਹਮਣੇ ਆਹ ਮੁੱਦੇ ਪਏ ਸੀ ਅਤੇ ਸਾਡੇ ਐਕਟੀ ਸੈਸ਼ਨ 'ਚ ਇਹਨਾਂ ਦੀ ਬਜਾਏ ਆਹ ਮੁੱਦਿਆਂ 'ਤੇ ਤੁਸੀਂ ਟਾਈਮ ਖਰਾਬ ਕੀਤਾ ਇੰਨੇ ਮੁੱਦੇ ਨੇ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਮੁੱਦਾ ਠੀਕ ਹੈ ਨਾ ਜੀ ਅਸੀਂ ਉਹ ਉਹ ਕਿੰਨਾ ਕੀਤਾ ਆਹ ਇੱਕ ਮੁੱਦਾ ਜਿਹੜਾ ਹੁਣ ਐਸਸੀ ਦਾ ਉਠਾਇਆ ਇਹ ਵਧੀਆ ਮੁੱਦਾ ਉਠਾਇਆ ਗਿਆ ਐਸਸੀ ਦੇ ਸਕਾਲਰਸ਼ਿਪ ਦੇ ਪਾਣੀ ਦਾ ਮੁੱਦਾ ਹੈ ਕਿਸਾਨੀ ਦਾ ਮੁੱਦਾ ਹੈ ਨੌਜਵਾਨਾਂ ਦਾ ਹੈ ਅਧਿਆਪਕਾਂ ਦਾ ਮੁੱਦਾ ਹੈ ਮੁਲਾਜ਼ਮਾਂ ਦਾ ਮੁੱਦਾ ਹੈ ਮਤਲਬ ਸੈਂਕੜੇ ਮੁੱਦੇ ਐਸੇ ਨੇ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਸਾਨੂੰ ਗੱਲ ਕਰਨ ਲਈ ਮਜਬੂਰ ਕਰਦੇ ਨੇ ਇਹ ਮੁੱਦੇ ਅੰਦਰ ਦੀ ਬਜਾਏ ਬਾਹਰ ਜ਼ਿਆਦਾ ਆਏ ਨਾ ਬਿਲਕੁਲ ਕਿਉਂਕਿ ਇਹਨਾਂ ਦੀਆਂ ਜੇ ਮੀਡੀਆ ਨੇ ਸਭ ਕੁਝ ਕਰਨਾ ਫਿਰ ਅੰਦਰ ਕੀ ਕਰਨਾ ਜੀ ਉਹਨਾਂ ਨੇ ਇਸ ਕਰਕੇ ਮੈਂ ਕਹਿ ਰਿਹਾ ਸੱਤਾਧਾਰੀ ਧਿਰ ਜਿਹੜੀ ਹੈ ਮੀਡੀਆ ਤਾਂ ਚੱਕੀ ਜਾਂਦਾ ਅੱਜ ਬਹੁਤ ਵਧੀਆ ਐਡੀਟੋਰੀਅਲ ਪੰਜਾਬੀ ਟ੍ਰਿਬਿਊਨ 'ਚ ਲੱਗਿਆ ਹੋਇਆ ਉਹਨੇ ਉਹਨੇ ਜੋ ਸੈਸ਼ਨ ਹੋਇਆ ਉਸ ਸੈਸ਼ਨ ਦਾ ਮੁਲਾਂਕਣ ਕਰਕੇ ਦੱਸ ਦਿੱਤਾ ਹੈ ਤੁਸੀਂ ਦੇਖੋ ਵੀ ਹੁਣ ਹੁਣ ਜਦੋਂ ਇਹ ਗੱਲਾਂ ਚੱਲ ਰਹੀਆਂ ਤੁਸੀਂ ਇੱਕ ਗੱਲ ਸ਼ੁਰੂ ਦੇ ਵਿੱਚ ਪੁਆਇੰਟ ਆਊਟ ਕੀਤੀ ਸੀ ਕਿ ਕੈਪਟਨ ਸਾਹਿਬ ਫ੍ਰੀਬੀਜ ਦੇਣ ਦੇ ਚੱਕਰ 'ਚ ਨੇ ਵੀ ਵੁਮੈਨ ਨੂੰ ਹੱਥਾਂ ਟਿਕਟ ਲੈ ਲਓ ਪੈਸੇ ਕਿੱਥੋਂ ਆਉਣੇ ਜਿਹੜੀ ਸਕੀਮਾਂ ਕਰ ਰਿਹਾ ਹੈ ਉਹ ਕਰਜ਼ਾ ਲੈ ਕੇ ਗਾਹ ਕਰੇਗਾ ਫ੍ਰੀਬੀਜ ਦੇਣੀਆਂ ਨੇ ਜੀ ਜੀ ਉਹ ਨਾਨ ਪਰਫਾਰਮੈਂਸ ਹੈ ਉਹ ਉਹਦੀ ਕੰਜ਼ੂਮਰਿਜ਼ਮ ਹੈ ਉਹ ਤੇ ਕੰਜ਼ੂਮ ਹੋ ਗਿਆ ਪੈਸਾ ਲਿਆਂਦਾ ਉਹ ਖਤਮ ਹੋ ਗਿਆ ਕਰਜ਼ਾ ਹੋਰ ਚੜ ਜੂਗਾ ਉਹ ਕਰਜ਼ਾ ਉਤਰੂ ਕਦੋਂ ਜਦੋਂ ਤੁਸੀਂ ਕਰਜ਼ੇ ਨੂੰ ਉਤਾਰਨ ਦੇ ਵਸੀਲੇ ਨਹੀਂ ਬਣਾਉਂਦੇ ਨਾ ਨਾ ਵਿਰੋਧੀ ਧੁਰ ਉਸ ਗੱਲ ਤੇ ਆਉਂਦੀ ਹੈ ਨਾ ਉਹ ਆਉਂਦੀ ਹੈ ਉਹ ਉਹਨਾਂ ਨੂੰ ਆਉਣ ਨਹੀਂ ਦਿੰਦੇ ਉਹ ਕਹੀ ਜਾਂਦਾ ਤੂੰ ਘਟਨਾ ਤੋਲੀ ਉਹ ਕਹਿੰਦਾ ਤੂੰ ਦੁਕਾਨ ਤੇ ਨਾ ਦੇਖੋ ਜਿਹੜੀ ਆਪੋਜੀਸ਼ਨ ਮੈਨੂੰ ਲੱਗਦਾ ਬਜਟ ਤੇ ਜੋ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਆਮ ਆਦਮੀ ਪਾਰਟੀ ਨੂੰ ਬਿਕਾਜ਼ ਫੇਲ ਤੇ ਉਹਦੇ 'ਚ ਉਹ ਸਹੀ ਤਰੀਕੇ ਨਾਲ ਨਹੀਂ ਘੇਰ ਸਕੇ ਉਹਨਾਂ ਦੀ ਪਰਫਾਰਮੈਂਸ ਕਿਉਂਕਿ ਇਹ ਗੱਲ ਹਰਪਾਲ ਚੀਮਾ ਨੇ ਇੱਕ ਗੱਲ ਬਹੁਤ ਸੋਹਣੀ ਕਹੀ ਸੀ ਕਿ 2017 'ਚ ਜੋ ਇਹਨੇ ਵਾਅਦੇ ਕੀਤੇ ਸੀ ਬਜਟ 'ਚ ਉਹ ਕਿੱਥੇ ਉਹ ਕਿੱਥੇ ਨੇ ਗੱਲ ਸਵਾਲ ਇਹ ਹੈ ਠੀਕ ਹੈ ਨਾ ਉੱਥੇ ਕਿਉਂ ਨਹੀਂ ਕਿਹਾ ਅਸੀਂ ਅਸੀਂ ਦੇਖਿਆ ਯੂਨੀਵਰਸਿਟੀ ਨੂੰ ਦਿੱਤਾ ਕੀ ਹੈ 15 ਕਰੋੜ 500 ਕਰੋੜ ਚਾਹੀਦਾ ਸੀ ਜਿਹਨੂੰ ਜਿਹੜੀ ਯੂਨੀਵਰਸਿਟੀ ਨੂੰ ਮੈਂ ਜਿਹੜੀ ਗੱਲ ਡਾਕਟਰ ਭੀਮਿੰਦਰ ਨੇ ਕਹੀ ਹੈ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਲਾਈਵ ਟੈਲੀਕਾਸਟ ਹੈ ਇਹ 'ਤੇ ਅਸੀਂ ਗੱਲ ਵੱਖਰੇ ਤੌਰ 'ਤੇ ਵੀ ਕਰਾਂਗੇ ਦੇਖੋ ਗੱਲ ਇਹ ਹੈ ਕਿ ਇਹ ਡੈਮੋਕ੍ਰੇਸੀ ਹੈ ਇਹਦੇ ਵਿੱਚ ਲੋਕਤੰਤਰ ਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਹੁੰਦਾ ਤੁਸੀਂ ਦੇਖਣਾ ਹੁੰਦਾ ਕਿ ਤੁਹਾਡੇ ਨੁਮਾਇੰਦੇ ਜਿਹੜੇ ਚੁਣ ਕੇ ਭੇਜੇ ਨੇ ਇਹ ਤੁਹਾਡੇ ਲਈ ਕੀ ਗੱਲ ਕਰਦੇ ਨੇ ਜਿਹੜੀ ਲਿਸਟ ਦਿੱਤੀ ਹੈ ਡਾਕਟਰ ਭੀਮਿੰਦਰ ਨੇ ਕਿ ਬਿਜਲੀ ਪਾਣੀ ਬੇਰੁਜ਼ਗਾਰੀ ਅਤੇ ਇਹ ਹੋਰ ਮੁੱਦਿਆਂ ਦੀ ਮੰਨ ਲਓ 10-15 ਮੁੱਦਿਆਂ ਦੀ ਲਿਸਟ ਹੈ ਜਿਹੜੀ ਸਾਰੇ ਪੰਜਾਬ ਨਾਲ ਕੰਸਰਨ ਨੇ ਇਹ ਸਿਰਫ ਉਹ ਨੇ ਜਿਹੜੇ ਪੰਜਾਬ ਨਾਲ ਕੰਸਰਨ ਨੇ ਤੁਸੀਂ ਭੇਜੇ ਨੇ 117 ਬੰਦੇ ਚੁਣ ਕੇ ਜਿਨ੍ਹਾਂ 'ਚੋਂ 77 ਬੰਦੇ ਨੇ ਸੱਤਾਧਾਰੀ ਧਿਰ ਦੇ ਉਹਨਾਂ ਨੂੰ ਜੇ ਆਪਾਂ ਛੱਡ ਵੀ ਦਈਏ ਬਾਕੀ ਜਿਹੜੇ ਬੈਠੇ ਨੇ ਆਪੋਜੀਸ਼ਨ ਵਾਲੇ ਉਹਨਾਂ ਦੇ ਵੈਸੇ ਤਾਂ 117 ਦੇ ਹਲਕੇ ਨੇ ਹਰ ਹਲਕੇ ਦੀ ਆਪਣੀ ਇੱਕ ਪ੍ਰੋਬਲਮ ਹੈ ਜੇ ਹਰ ਹਲਕੇ ਦੀ ਇੱਕ ਆਪਣੀ ਡਿਮਾਂਡ ਹੈ ਹਰ ਹਲਕੇ ਦੀ ਇੱਕ ਆਪਣੀ ਮੰਗ ਹੈ ਉਹ ਆਪਣੇ ਜਿਹੜੇ ਹਲਕੇ ਦੀ ਮੰਗ ਹੈ ਉਹਦੇ ਮੁਤਾਬਕ ਉਹਨਾਂ ਨੂੰ ਇਹ ਗੱਲ ਕਰਨੀ ਉੱਥੇ ਬਣਦੀ ਸੀ ਕਿ ਮੇਰੇ ਹਲਕੇ ਦੇ ਵਿੱਚ ਆਹ ਨਹੀਂ ਮੈਨੂੰ ਆਹ ਮਿਲਣਾ ਚਾਹੀਦਾ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਹੋਈ ਹੈ ਬਹੁਤ ਘੱਟ 0 ਆਵਰ ਹੈ ਘੱਟੋ ਘੱਟ 0 ਆਵਰ ਜਿਹੜਾ 1 ਘੰਟੇ ਦਾ ਹੁੰਦਾ ਉਹ ਤਾਂ ਸਭ ਦਾ ਸਾਂਝਾ ਉਹ 'ਚ ਤਾਂ ਕੋਈ ਗੱਲ ਉਠਾਈ ਜਾ ਸਕਦੀ ਹੈ ਮੈਂ ਤੁਹਾਨੂੰ ਦੱਸ ਸਕਦਾ ਮੈਂ ਪਹਿਲਾਂ ਵੀ ਕਿਹਾ ਜਿੱਥੇ ਮੈਂ ਪੜ੍ਹਿਆ ਜਿਹੜਾ ਮੇਰਾ ਸ਼ਹਿਰ ਹੈ ਮੰਡੀ ਅਹਿਮਦਗੜ੍ਹ 'ਚ ਜੇ 71 ਸਾਲਾਂ 'ਚ ਕੋਈ ਵੀ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਨਹੀਂ ਤਾਂ ਉੱਥੇ ਦੇ MLA ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ MLA ਕਿਉਂ ਨਹੀਂ ਉਠਾਉਂਦਾ ਕਿਉਂ ਸੱਤਾਧਾਰੀ ਧਿਰਦਾ ਤਾਂ ਇੱਕ ਸਕੂਲ ਨਹੀਂ ਖੁਲਾ ਸਕਦਾ ਕੈਪਟਨ ਸਾਹਿਬ ਕਹਿੰਦੇ ਨੇ ਕਿ ਮੈਂ ਐਜੂਕੇਸ਼ਨ ਨੂੰ ਕਰਦਾ ਜੇ ਐਜੂਕੇਸ਼ਨ ਹੈ ਕਿ ਉੱਥੇ ਐਜੂਕੇਸ਼ਨ ਦੀ ਲੋੜ ਨਹੀਂ ਹੈ ਐਡੇ ਜਿਹੜਾ ਕਸਬਾ ਵੱਡਾ ਕਸਬਾ ਤਾਂ ਇਸ ਤਰ੍ਹਾਂ ਦੇ ਹੋਰ ਵੀ ਸਮੱਸਿਆਵਾਂ ਹੋਣਗੀਆਂ ਹਲਕੇ ਦੀਆਂ ਸਮੱਸਿਆਵਾਂ ਇਹ ਵਿਧਾਨ ਸਭਾ 'ਚ ਉਠਾਉਣੀਆਂ ਚਾਹੀਦੀਆਂ ਨੇ ਨਹੀਂ ਉਠਾਈਆਂ ਗਈਆਂ ਆਪੋਜੀਸ਼ਨ ਵਾਕਆਊਟ ਕਰਦੀ ਹੈ ਡਰਾਮੇ ਕਰਦੀ ਹੈ ਬਿਲਕੁਲ ਠੀਕ ਪਰ ਕਈ ਵਾਰ ਇਹ ਵੀ ਲੱਗਦਾ ਕਿ ਉਹਨਾਂ ਦੀ ਮਜਬੂਰੀ ਹੈ ਉੱਧਰ ਸਪੀਕਰ ਉਹਨਾਂ ਨੂੰ ਟਾਈਮ ਨਹੀਂ ਦਿੰਦਾ ਸਪੀਕਰ ਨੂੰ ਇਹ ਕਹਿੰਦੇ ਨੇ ਕਿ ਦਿਨ ਵਧਾਓ ਦਿਨ ਨਹੀਂ ਵਧਾਉਂਦਾ ਅਤੇ ਜੇ ਦਿਨ ਵਧਿਆ ਮੈਨੂੰ ਨਹੀਂ ਲੱਗਦਾ ਕੋਈ ਮਜਬੂਰੀ ਸੀ ਬਿਕਰਮ ਮਜੀਠੀਆ ਦੀ
ਕਿ ਬਜਟ ਸੈਸ਼ਨ ਤੋਂ ਇਮੀਡੀਏਟ ਪਹਿਲਾਂ ਵਿੱਤ ਮੰਤਰੀ ਨੂੰ ਲੇਟ ਕੀਤਾ ਜਾਂਦਾ ਤਾਂ ਹੀ ਉਹ ਮਰਿਆਦਾ ਦਾ ਜਿਹੜਾ ਮਤਾ ਉੱਥੇ ਲੈ ਗਏ। ਤੋ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਤੁਹਾਡਾ ਧਿਆਨ ਦਰਸ਼ਕੋ ਖਿੱਚਦੀਆਂ ਨੇ। ਤੁਸੀਂ ਦੇਖਣਾ ਇਹ, ਤੁਸੀਂ ਦੇਖਣਾ ਕਿ ਕੌਣ ਸਹੀ ਹੈ ਕੌਣ ਗਲਤ ਹੈ। ਕਿਤੇ ਨਾ ਕਿਤੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸੱਤਾਧਾਰੀ ਧਿਰ ਦੀ ਭੂਮਿਕਾ ਅਤੇ ਵਿਰੋਧੀ ਧਿਰ ਦੀ ਭੂਮਿਕਾ ਦੋਨਾਂ ਦੇ ਭੂਮਿਕਾਵਾਂ ਦੇ ਸਵਾਲ ਉੱਠਦੇ ਨੇ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੋਨਾਂ ਧਿਰਾਂ ਦੀ ਭੂਮਿਕਾ ਠੀਕ ਹੋਵੇ। ਅੱਜ ਇੰਨਾ ਹੀ। ਡਾਕਟਰ ਭੀਮਿੰਦਰ ਔਰ ਡਾਕਟਰ ਕਰਮਜੀਤ ਸਿੰਘ ਸਿੱਧੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ।